ਸਟੱਡੀ ਐਂਡ ਸੈਟਲ ਇਨ ਡੈਨਮਾਰਕ, ਤੁਸੀਂ ਵੀ ਜਾ ਸਕਦੇ ਹੋ ਡੈਨਮਾਰਕ ਅਗਰ ਤੁਹਾਡੀ 12th ਕੀਤੀ ਹੈ, ਮਲਟੀਪਲ ਰਿਫਿਊਜ਼ਲਸ ਹੈ, ਕੈਪ ਹੈ। ਅੱਜ ਸਾਡਾ ਵੀਜ਼ਾ ਹੈ ਜੀ ਅਗਮਦੀਪ ਕੌਰ ਦਾ ਅੰਮ੍ਰਿਤਸਰ ਤੋਂ। ਉਹਨਾਂ ਦੇ ਫਾਦਰ ਸਾਹਿਬ ਕੁਲਵਿੰਦਰ ਜੀ ਨੂੰ ਪੁੱਛਾਂਗੇ ਕਿੱਦਾਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਸਰ। ਕੁਲਵਿੰਦਰ ਜੀ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਰ? ਤੁਹਾਡਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਰ ਤੁਹਾਡੇ ਨਾਲ। ਠੀਕ ਹੈ ਜੀ, ਕਾਫੀ ਬਹੁਤ ਵਧੀਆ ਜੋ ਆਪਾਂ ਸਾਰੀ ਤੁਹਾਨੂੰ ਰੋਡ ਮੈਪ ਦਿੱਤਾ ਸੀ ਉਹਦੇ ਅਕੋਰਡਿੰਗ ਹੀ ਅਸੀਂ ਸਰ। ਹਾਂਜੀ ਸਰ। ਸੋ ਮੈਨੀ ਮੈਨੀ ਕੰਗਰੈਚੁਲੇਸ਼ਨਸ। ਸੋ ਜਿਹੜੇ ਵੀ ਸਟੂਡੈਂਟਸ ਜਾਂ ਉਹਨਾਂ ਦੇ ਪੇਰੈਂਟਸ ਸੋਚ ਰਹੇ ਨੇ ਆਪਣੇ ਬੱਚਿਆਂ ਲਈ ਬਾਹਰ ਜਾਣ ਵਾਸਤੇ, ਡੈਨਮਾਰਕ ਅੱਜ ਦੇ ਟਾਈਮ 'ਚ ਇੱਕ ਪਰਫੈਕਟ ਡੈਸਟੀਨੇਸ਼ਨ ਹੈ। ਜਿਸ ਤਰ੍ਹਾਂ ਕੈਨੇਡਾ, ਆਸਟ੍ਰੇਲੀਆ, ਯੂਕੇ ਨੇ ਰਸਤੇ ਬੰਦ ਕਰ ਦਿੱਤੇ, ਇੱਥੇ ਇਨਫੈਕਟ ਤੁਸੀਂ ਆਪਣਾ ਸਪਾਊਸ ਨਾਲ ਲੈ ਕੇ ਜਾ ਸਕਦੇ ਹੋ। ਬੱਚੇ ਹੈਗੇ, ਬੱਚੇ ਵੀ ਜਾ ਸਕਦੇ ਹੈ। 25 ਸਾਲ ਦਾ ਗੈਪ ਐਕਸੈਪਟੇਬਲ ਹੈ। 47 ਏਜ ਵਾਲੇ ਨੂੰ ਵੀ ਅਸੀਂ ਡੈਨਮਾਰਕ ਵਿਦ ਫੈਮਿਲੀ ਭੇਜਿਆ ਹੈ। ਔਰ ਇੱਕ ਐਸੀ ਡੈਸਟੀਨੇਸ਼ਨ ਹੈ ਜਿਹੜੀ ਕਿ ਹੈਪੀਐਸਟ ਮੰਨੀ ਗਈ ਹੈ, ਸੈਕਿੰਡ ਹੈਪੀਐਸਟ ਇਨ ਦਾ ਵਰਲਡ। ਹਾਈ ਪਰ ਕੈਪੀਟਲ ਇਨਕਮ ਹੈ, ਕੰਮ ਦੀ ਕੋਈ ਕਮੀ ਨਹੀਂ ਹੈ। ਸਾਡੀ ਪ੍ਰੋਪਰ ਟੀਮ ਹੈ ਉੱਥੇ ਜੀ, ਅਸੀਂ ਪੂਰੀ ਹੈਲਪ ਕਰਦੇ ਬੱਚਿਆਂ ਨੂੰ ਜੋਬ ਵਗੈਰਾ ਲੈਣ ਦੇ ਵਿੱਚ ਵੀ। ਸੋ ਤੁਸੀਂ ਇਹ ਕਹਿ ਸਕਦੇ ਹੋ ਆਉਣ ਵਾਲਾ ਕੈਨੇਡਾ ਡੈਨਮਾਰਕ ਬਣ ਰਿਹਾ ਹੈਗਾ, ਬਹੁਤ ਬੱਚੇ ਜਾ ਰਹੇ ਨੇ ਉੱਥੇ। ਦਿਸ ਇਜ਼ ਅ ਨਿਊ ਡੈਸਟੀਨੇਸ਼ਨ, ਤੁਸੀਂ ਵੀ ਅਪਲਾਈ ਕਰ ਸਕਦੇ ਹੋ ਇਨ ਅਪਕਮਿੰਗ ਸੈਸ਼ਨਸ। ਕੰਟੈਕਟ ਵਿਨ ਯੂਰ ਇੰਗਲਿਸ਼, ਯੂ ਕੈਨ ਡਾਇਰੈਕਟਲੀ ਕਾਲ 8 7 9 7 3 1 6 0 2 7 0। ਥੈਂਕ ਯੂ।